ਬੇਨਤੀ ਹੈ ਆਪਾਂ ਬੜੇ ਅਦਬ ਤੇ ਸਤਿਕਾਰ ਨਾਲ ਦੇਖ ਮੇਰਾ ਖਿਆਲ ਸਾਹਿਬ ਨੇ ਛਕ ਲਈ ਆਪਾਂ ਹੁਣ ਸਾਰਿਆਂ ਨੇ ਪੰਜ ਪਿਆਰੇ ਸਾਹਿਬਾਂ ਦੀ ਅਗਵਾਈ ਵਿੱਚ ਜਾਣਾ ਇੱਕ ਹੋਰ ਨਿਮਰਤਾ ਤੇ ਸਤਿਕਾਰ ਸਾਹਿਬ ਬੇਨਤੀ ਹੈ ਜਿੱਥੇ ਜਿੱਥੇ ਆ ਰਹੇ ਹੋ ਉੱਥੇ ਰੁਕ ਜਾਓ ਬਾਅਦ ਵਿੱਚ ਗੁਰੂ ਮਹਾਰਾਜ ਨੂੰ ਨਮਸਕਾਰ ਕਰ ਲਓ ਕਿਉਂਕਿ ਪੰਜ ਪਿਆਰੇ ਸਾਹਿਬਾਨ ਆ ਸਕਣ ਅਤੇ ਆਪਾਂ ਜਾ ਸਕੀਏ ਕਿਉਂਕਿ ਬਾਹਰ ਮੀਂਹ ਪੈਣ ਲੱਗ ਗਿਆ ਇਸ ਕਰਕੇ ਬੇਨਤੀ ਹੈ ਜਿੱਥੇ ਵੀ ਹੋ ਜਦੋਂ ਅਰਦਾਸ ਵੀ ਹੁੰਦੀ ਆ ਉਸ ਸਮੇਂ ਵੀ ਜਿੱਥੇ ਖੜੇ ਹੁੰਦੇ ਹੋ ਪਲੀਜ਼ ਉੱਥੇ ਖੜ ਜਾਇਆ ਕਰੋ ਭਾਈ ਸਾਹਿਬ ਨੂੰ ਆਪਾਂ ਕੀਦਾ ਡਿਸਟਰਬ ਨਹੀਂ ਕਰਨਾ ਆਪਣੀ ਮਰਿਆਦਾ ਆਪਾਂ ਜਦੋਂ ਵੀ ਅਰਦਾਸ ਹੁੰਦੀ ਆ ਉੱਥੇ ਹੀ ਸਾਵਧਾਨ ਹੋ ਕਮਿਸ਼ਨ